ਅੱਜ ਤੁਹਾਡਾ ਨਿੱਕਾ ਸਿੱਧੂ ਮੂਸੇ ਪਿੰਡ ਹਵੇਲੀ ਪਹੁੰਚਿਆ ਹੈ ਤੇ ਹਵੇਲੀ ਪਹੁੰਚਦੇ ਸਾਰ ਹੀ ਬਲਕੌਰ ਸਿੰਘ ਯਾਨੀ ਕਿ ਨਿੱਕੇ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਦੇ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਹੈ। ਪੋਸਟ ਦੇ ਵਿੱਚ ਅਹਿਮ ਲੋਕਾਂ ਦੇ ਲਈ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਲੋਕ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਨੇ, ਨਿੱਕੇ ਸਿੱਧੂ ਨੂੰ ਦੇਖਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਮਾਤਾ ਚਰਨ ਕੌਰ ਨੂੰ ਮਿਲਣਾ ਚਾਹੁੰਦੇ ਨੇ, ਪਿਤਾ ਬਲਕੌਰ ਸਿੰਘ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਫੈਨਸ ਦੇ ਲਈ ਇਹ ਖਾਸ ਕਰ ਮੈਸੇਜ ਦਿੱਤਾ ਹੈ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਦੂਰੋਂ ਦੂਰੋਂ ਚੱਲ ਕੇ, ਕਈ ਤਾਂ ਫੈਨਸ ਜਿਹੜੇ ਨੇ ਸਿੱਧੂ ਦੇ ਉਹ ਵਿਦੇਸ਼ੋਂ ਚੱਲ ਕੇ ਆ ਰਹੇ ਨੇ, ਤਾਂ ਕਿ ਉਹ ਅਵੇਅਰ ਹੋ ਜਾਣ ਕਿ ਬਲਕੌਰ ਸਿੰਘ ਸਿੱਧੂ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੀ ਹਵੇਲੀ ਸਵਾ ਮਹੀਨੇ ਤੱਕ ਕੋਈ ਨਾ ਆਵੇ। ਬਲਕੌਰ ਸਿੰਘ ਦੇ ਵੱਲੋਂ ਪੋਸਟ ਪਾਉਂਦੇ ਹੋਏ ਇਹ ਕਿਹਾ ਗਿਆ ਹੈ ਕਿ ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ, ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਯਾਨੀ ਕਿ ਤੁਹਾਡੇ ਸਨਮੁੱਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਸ ਕੁਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਗ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਵਾਂਗੇ। ਵੱਲੋਂ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਇਹ ਖਾਸ ਅਤੇ ਅਹਿਮ ਬੇਨਤੀ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਕੀਤੀ ਗਈ ਹੈ, ਜਿਹੜੇ ਨਿੱਕੇ ਸਿੱਧੂ ਨੂੰ ਵੇਖਣਾ ਚਾਹੁੰਦੇ ਨੇ, ਦੂਰੋਂ ਦੂਰੋਂ ਆਉਂਦੇ ਨੇ, ਕਿਉਂਕਿ ਸਵਾ ਮਹੀਨਾ ਪੰਜਾਬੀਆਂ ਦੇ ਵਿੱਚ, ਪੰਜਾਬ ਦੇ ਵਿੱਚ ਇਹ ਰੀਤ ਹੁੰਦੀ ਹੈ ਕਿ ਸਵਾ ਮਹੀਨਾ ਬੱਚੇ ਨੂੰ ਲੋਕਾਂ ਨੂੰ ਜਾਂ ਬਾਹਰ ਨਹੀਂ ਕੱਢਦੇ, ਉਸਦੇ ਸਿਰਹਾਣੇ ਵੱਖ ਵੱਖ ਤਰੀਕੇ ਦੀਆਂ ਚੀਜ਼ਾਂ ਵੀ ਰੱਖਦੇ ਨੇ ਤਾਂ ਕਿ ਬੁਰੀਆਂ ਬਲਾਵਾਂ ਤੋਂ ਬੱਚਾ ਦੂਰ ਰਹੇ ਅਤੇ ਮਾਂ ਨੂੰ ਵੀ ਇੰਝ ਹੀ ਸਵਾ ਮਹੀਨੇ ਤੱਕ ਮਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਤਾਂ ਮਾਂ ਅਤੇ ਬੱਚੇ ਨੂੰ ਤੁਸੀਂ ਨਹੀਂ ਮਿਲ ਸਕਦੇ, ਇਸ ਕਰਕੇ ਕਿਰਪਾ ਕਰਕੇ ਆਪਦੇ ਘਰ ਰਹੋ, ਘਰੋਂ ਹੀ ਸਿੱਧੂ ਮੂਸੇਵਾਲਾ ਅਤੇ ਉਸਦੇ ਪਰਿਵਾਰ ਨੂੰ ਪਿਆਰ ਭੇਜੋ, ਮੈਸੇਜਿਸ ਕਰੋ, ਉਹਨਾਂ ਦੀ ਸਟੋਰੀਆਂ ਵੇਖੋ, ਕਿਉਂਕਿ ਬਲਕੌਰ ਸਿੰਘ ਸਿੱਧੂ ਸੋਸ਼ਲ ਮੀਡੀਆ 'ਤੇ ਐਕਟਿਵ ਹੀ ਰਹਿੰਦੇ ਨੇ। ਉਹਨਾਂ ਦੇ ਵੱਲੋਂ ਪੋਸਟ ਇਹ ਵੀ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਭਰਾ, ਭੈਣ, ਵੱਡਾ, ਛੋਟਾ, ਬਜ਼ੁਰਗ, ਮਾਤਾ ਉਹਨਾਂ ਦੇ ਘਰ ਨਾ ਆਵੇ, ਕਿਉਂਕਿ ਨਿੱਕਾ ਸਿੱਧੂ ਸਵਾ ਮਹੀਨੇ ਤੋਂ ਪਹਿਲਾਂ ਕਿਸੇ ਨੂੰ ਵੀ ਦੇਖਣ ਨੂੰ ਨਹੀਂ ਮਿਲੇਗਾ। ਹਾਲਾਂਕਿ ਫੋਟੋਆਂ 'ਤੇ ਆ ਗਈਆਂ ਨੇ, ਪਰ ਉਸਨੂੰ ਹਵੇਲੀ ਤੋਂ ਬਾਹਰ ਨਹੀਂ ਕੱਢ ਸਕਦੇ, ਤਾਂ ਕਰਕੇ ਬਲਕੌਰ ਸਿੰਘ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ। ਅੱਜ ਤੁਹਾਡਾ ਨਿੱਕਾ ਸਿੱਧੂ ਮੂਸੇ ਪਿੰਡ ਹਵੇਲੀ ਪਹੁੰਚਿਆ ਹੈ ਤੇ ਹਵੇਲੀ ਪਹੁੰਚਦੇ ਸਾਰ ਹੀ ਬਲਕੌਰ ਸਿੰਘ ਯਾਨੀ ਕਿ ਨਿੱਕੇ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਹੈ। ਪੋਸਟ ਦੇ ਵਿੱਚ ਅਹਿਮ ਲੋਕਾਂ ਦੇ ਲਈ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਲੋਕ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਨੇ, ਨਿੱਕੇ ਸਿੱਧੂ ਨੂੰ ਦੇਖਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਮਾਤਾ ਚਰਨ ਕੌਰ ਨੂੰ ਮਿਲਣਾ ਚਾਹੁੰਦੇ ਨੇ, ਪਿਤਾ ਬਲਕੌਰ ਸਿੰਘ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਫੈਨਸ ਦੇ ਲਈ ਇਹ ਖਾਸ ਕਰ ਮੈਸੇਜ ਦਿੱਤਾ ਹੈ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਦੂਰੋਂ ਦੂਰੋਂ ਚੱਲ ਕੇ, ਕਈ ਤਾਂ ਫੈਨਸ ਜਿਹੜੇ ਨੇ ਸਿੱਧੂ ਦੇ ਉਹ ਵਿਦੇਸ਼ੋਂ ਚੱਲ ਕੇ ਆ ਰਹੇ ਨੇ, ਤਾਂ ਕਿ ਉਹ ਅਵੇਅਰ ਹੋ ਜਾਣ ਕਿ ਬਲਕੌਰ ਸਿੰਘ ਸਿੱਧੂ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੀ ਹਵੇਲੀ ਸਵਾ ਮਹੀਨੇ ਤੱਕ ਕੋਈ ਨਾ ਆਵੇ। ਬਲਕੌਰ ਸਿੰਘ ਦੇ ਵੱਲੋਂ ਪੋਸਟ ਪਾਉਂਦੇ ਹੋਏ ਇਹ ਕਿਹਾ ਗਿਆ ਹੈ ਕਿ ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ ਪੁੱਤਰ ਦੀ ਦਾਤ ਮਿਲੀ ਹੈ।
ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ, ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁਖ ਯਾਨੀ ਕਿ ਤੁਹਾਡੇ ਸਨਮੁਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਸ ਕੁਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਗ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਵਾਂਗੇ। ਵੱਲੋਂ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਇਹ ਖਾਸ ਅਤੇ ਅਹਿਮ ਬੇਨਤੀ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਕੀਤੀ ਗਈ ਹੈ, ਜਿਹੜੇ ਨਿੱਕੇ ਸਿੱਧੂ ਨੂੰ ਵੇਖਣਾ ਚਾਹੁੰਦੇ ਨੇ, ਦੂਰੋਂ ਦੂਰੋਂ ਆਉਂਦੇ ਨੇ, ਕਿਉਂਕਿ ਸਵਾ ਮਹੀਨਾ ਪੰਜਾਬੀਆਂ ਦੇ ਵਿੱਚ, ਪੰਜਾਬ ਦੇ ਵਿੱਚ ਇਹ ਰੀਤ ਹੁੰਦੀ ਹੈ ਕਿ ਸਵਾ ਮਹੀਨਾ ਬੱਚੇ ਨੂੰ ਲੋਕਾਂ ਨੂੰ ਜਾਂ ਬਾਹਰ ਨਹੀਂ ਕੱਢਦੇ, ਉਸਦੇ ਸਿਰਹਾਣੇ ਵੱਖ ਵੱਖ ਤਰੀਕੇ ਦੀਆਂ ਚੀਜ਼ਾਂ ਵੀ ਰੱਖਦੇ ਨੇ ਤਾਂ ਕਿ ਬੁਰੀਆਂ ਬਲਾਵਾਂ ਤੋਂ ਬੱਚਾ ਦੂਰ ਰਹੇ ਅਤੇ ਮਾਂ ਨੂੰ ਵੀ ਇੰਝ ਹੀ ਸਵਾ ਮਹੀਨੇ ਤੱਕ ਮਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਤਾਂ ਮਾਂ ਅਤੇ ਬੱਚੇ ਨੂੰ ਤੁਸੀਂ ਨਹੀਂ ਮਿਲ ਸਕਦੇ, ਇਸ ਕਰਕੇ ਕਿਰਪਾ ਕਰਕੇ ਆਪਦੇ ਆਪਦੇ ਘਰ ਰਹੋ, ਘਰੋਂ ਹੀ ਸਿੱਧੂ ਮੂਸੇਵਾਲਾ ਅਤੇ ਉਸਦੇ ਪਰਿਵਾਰ ਨੂੰ ਪਿਆਰ ਭੇਜੋ, ਮੈਸੇਜਿਸ ਕਰੋ, ਉਹਨਾਂ ਦੀ ਸਟੋਰੀਆਂ ਵੇਖੋ, ਕਿਉਂਕਿ ਬਲਕੌਰ ਸਿੰਘ ਸਿੱਧੂ ਸੋਸ਼ਲ ਮੀਡੀਆ 'ਤੇ ਐਕਟਿਵ ਹੀ ਰਹਿੰਦੇ ਨੇ। ਉਹਨਾਂ ਦੇ ਵੱਲੋਂ ਪੋਸਟ ਇਹ ਵੀ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਭਰਾ, ਭੈਣ, ਵੱਡਾ, ਛੋਟਾ, ਬਜ਼ੁਰਗ, ਮਾਤਾ ਉਹਨਾਂ ਦੇ ਘਰ ਨਾ ਆਵੇ, ਕਿਉਂਕਿ ਨਿੱਕਾ ਸਿੱਧੂ ਸਵਾ ਮਹੀਨੇ ਤੋਂ ਪਹਿਲਾਂ ਕਿਸੇ ਨੂੰ ਵੀ ਦੇਖਣ ਨੂੰ ਨਹੀਂ ਮਿਲੇਗਾ। ਹਾਲਾਂਕਿ ਫੋਟੋਆਂ 'ਤੇ ਆ ਗਈਆਂ ਨੇ, ਪਰ ਉਸਨੂੰ ਹਵੇਲੀ ਤੋਂ ਬਾਹਰ ਨਹੀਂ ਕੱਢ ਸਕਦੇ, ਤਾਂ ਕਰਕੇ ਬਲਕੌਰ ਸਿੰਘ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ।